ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਆ ਅੱਜ ਅਸੀਂ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿੱਚ ਆ ਜਿੱਥੇ ਕਿ ਦੀਪ ਸਿੱਧੂ ਨੇ ਵਾਰਿਸ ਪੰਜਾਬ ਦੇ ਜੱਥੇਬੰਦੀ ਦਾ ਐਲਾਨ ਕੀਤਾ ਹੈ ਦੀਪ ਸਿੱਧੂ ਅਤੇ ਉਸ ਦੇ ਨਾਲ ਖਾਸ ਕਰਕੇ ਉਹ ਨੌਜਵਾਨ ਜਿਹੜੇ ਕਿ ਕਿਸਾਨ ਸੰਘਰਸ਼ ਦੇ ਦੌਰਾਨ ਜਾਂ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਜਾਂ ਵੱਡੇ ਇਵੈਂਟ ਵਾਪਰੇ ਨਿਸ਼ਾਨ ਸਾਹਿਬ ਚਾਹੇ ਚੜਾਉਣ ਦੀ ਗੱਲ ਹੋਵੇ ਲਾਲ ਕਿਲੇ ਤੇ ਉਹਨਾਂ ਮੌਕਿਆਂ ਦੇ ਉੱਤੇ ਜਿਹੜੇ ਸਿੱਖ ਨੌਜਵਾਨ ਅੱਗੇ ਰਹੇ ਜਾਂ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੋਏ ਉਹ ਨੌਜਵਾਨ ਅੱਜ ਦੀਪ ਸਿੱਧੂ ਦੇ ਨਾਲ ਖੜੇ ਨਜ਼ਰ ਆਏ ਤਾਂ ਦੀਪ ਸਿੱਧੂ ਇੱਕ ਧਿਰ ਦੇ ਰੂਪ ਦੇ ਵਿੱਚ ਹੁਣ ਸਾਹਮਣੇ ਆ ਰਿਹਾ ਤੇ ਇਹ ਸਾਰੇ ਤੇ ਗੱਲਬਾਤ ਕਰ ਲਈ ਇਹਦਾ ਐਨਾਲਿਸਿਸ ਕਰਨ ਲਈ ਸਾਡੇ ਨਾਲ ਨੇ ਟ੍ਰਿਬਿਊਨ ਅਖਬਾਰ ਦੇ ਸੀਨੀਅਰ ਐਡੀਟਰ ਰਹੇ ਸਰਦਾਰ ਕਰਮਜੀਤ ਸਿੰਘ ਪੰਥਕ ਸਫਾਂ ਦੇ ਵਿੱਚ ਸਿੱਖ ਸਫਾਂ ਦੇ ਵਿੱਚ ਵੀ ਇਹਨਾਂ ਦਾ ਇੱਕ ਵੱਡਾ ਨਾਮ ਆ ਤੇ ਅਸੀਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਸਾਰੇ ਵਰਤਾਰੇ ਨੂੰ ਕਿਵੇਂ ਦੇਖ ਰਹੇ ਆ ਸਭ ਤੋਂ ਪਹਿਲਾਂ ਹੀ ਤੁਹਾਨੂੰ ਜੀ ਆਇਆਂ ਨੂੰ ਕਹਿੰਨਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਕਰਮਜੀਤ ਸਿੰਘ ਜੀ ਅੱਜ ਇਹ ਅਸੀਂ ਦੇਖਿਆ ਤੁਸੀਂ ਵੀ ਦੇਖੀ ਸਾਰੀ ਪ੍ਰੈਸ ਕਾਨਫਰੰਸ ਮੈਂ ਦੇਖਦਾ ਰਿਹਾ ਤੁਸੀਂ ਇੱਥੇ ਮੌਜੂਦ ਸੀ ਕੀ ਇਹ ਜਿਹੜਾ ਵਰਤਾਰਾ ਵਾਪਰਿਆ ਆ ਦੀਪ ਸਿੱਧੂ ਇੱਕ ਇੰਡੀਵਿਜੂਅਲ ਦੇ ਤੌਰ ਤੇ ਪੰਜਾਬ ਦੀ ਸਪੋਏ ਤੇ ਆਉਂਦਾ ਆ ਫੇਸਬੁੱਕ ਤੋਂ ਬੋਲਦਾ ਆ ਕਿਸਾਨ ਸੰਘਰਸ਼ ਦੇ ਵਿੱਚ ਵੱਡੇ ਇਵੈਂਟ ਤੇ ਬਵਾਦਾਂ ਚ ਵੀ ਚੱਲਦਾ ਰਹਿੰਦਾ ਆ ਤੇ ਹੁਣ ਆ ਕੇ ਉਹ ਇੱਕ ਜਥੇਬੰਦੀ ਦਾ ਗਠਨ ਕਰਦਾ ਆ ਇਹ ਸਾਰੇ ਵਰਤਾਰੇ ਨੂੰ ਤੁਸੀਂ ਕਿਵੇਂ ਵੇਖ ਰਹੇ ਹੋ ਦੇਖੋ ਇੱਕ ਸੁਖਵਿੰਦਰ ਜੀ ਮੈਂ ਬਹੁਤ ਸਾਰੀਆਂ ਪ੍ਰੈਸ ਕਾਨਫਰੰਸਾਂ ਜਿਹੜੀਆਂ ਅਟੈਂਡ ਕਰਦਾ ਰਿਹਾ ਇਹ ਪ੍ਰੈਸ ਪ੍ਰੈਸ ਕਲੱਬ ਦਾ ਮੈਂ ਮੈਂਬਰ ਵੀ ਆ ਜਿਹੜੀ ਅੱਜ ਪ੍ਰੈਸ ਕਾਨਫਰੰਸ ਹੋਈ ਹੈ ਨਾ ਇਹ ਦੇ ਵਿੱਚ ਮੈਂ ਇਹ ਮਹਿਸੂਸ ਕੀਤਾ ਕਿ ਥਾਟ ਤੇ ਇਮੋਸ਼ਨ ਜਿਹੜੇ ਨੇ ਨਾ ਉਹਦਾ ਇੱਕ ਮਤਲਬ ਸਿੰਬਲ ਸੀਗਾ ਉਹਦਾ ਇੱਕ ਕਲੈਕਸ਼ਨ ਸੀਗੀ ਔਰ ਜਿਹਦੇ ਵਿੱਚ ਦੀਪ ਸਿੱਧੂ ਦੀ ਜਿਹੜੀ ਥਾਟ ਦੇ ਉੱਤੇ ਪੰਜਾਬ ਦੀਆਂ ਮਸਲਿਆਂ ਉੱਤੇ ਜਿਹੜੀ ਕਲੈਰਿਟੀ ਹੈ ਪਾਰ ਐਕਸੀਲੈਂਸ ਮਤਲਬ ਮੈਂ ਇਸ ਤੋਂ ਬਹੁਤ ਪ੍ਰਭਾਵਿਤ ਹੋਇਆ ਦੂਜੀ ਗੱਲ ਜਿਹੜੀ ਮੈਨੂੰ ਮਤਲਬ ਬਹੁਤ ਵਧੀਆ ਲੱਗੀ ਅੱਜ ਇਸ ਕਿ ਦੂਰੋਂ ਦੂਰੋਂ ਐਦਾਂ ਮਤਲਬ ਇੱਕ ਕਾਲ ਦੇ ਉੱਤੇ ਇੱਕ ਬੰਦੇ ਦੀ ਕਾਲ ਦੇ ਉੱਤੇ ਘਟੋ ਘਟ ਮੇਰਾ خیال ਮੈਂ ਜਿਸ ਤਰ੍ਹਾਂ ਇੱਕ ਗੈਦਰਿੰਗ ਵੇਖ ਰਿਹਾ ਇਹ ਵੱਖ-ਵੱਖ ਵੈਰਾਈਟੀ ਮਤਲਬ ਜਿਹੜੀ ਵੇਖ ਰਿਹਾ ਜਿਹੜੀ ਔਰ ਦੂਰੋਂ ਦੂਰੋਂ ਮੈਂ ਇੰਟਰਵਿਊਜ਼ ਕੀਤੀਆਂ ਨੇ ਕੋਈ ਅੰਮ੍ਰਿਤਸਰ ਤੋਂ ਤੁਰਿਆ ਹੋਇਆ ਕੋਈ ਜਲੰਧਰ ਤੋਂ ਨਾਬੇ ਤੋਂ ਔਰ ਉਹ ਇੱਥੇ ਪਹੁੰਚਿਆ ਹੋਇਆ ਇਹ ਮੈਂ ਇੱਕ ਦੀਪ ਸਿੱਧੂ ਪ੍ਰਤੀ ਇੱਕ ਮੈਂ ਕਹਿੰਦਾ ਕਿ ਉਹ ਜਿਵੇਂ ਮੁੱਦਿਆਂ ਉੱਤੇ ਬੋਲਦਾ ਹੈ ਜਿਵੇਂ ਉਹ ਸਪਸ਼ਟ ਕਰਦਾ ਜਿਵੇਂ ਪੰਜਾਬ ਦੀ ਖੋਨ ਦਾ ਸਵਾਲ ਖੜਾ ਕਰਦਾ ਉਹ ਮੈਨੂੰ ਨਹੀਂ ਲੱਗਦਾ ਅਜੇ ਤੱਕ ਕਿਸੇ ਨੇ ਕੀਤਾ ਹੋਵੇ ਜਿਹੜਾ ਹਾਂਜੀ ਤੁਸੀਂ ਜਿਵੇਂ ਕੱਲ ਕਹਿ ਰਹੇ ਹੋ ਕਿ ਅੱਜ ਵੀ ਬੜੇ ਸਵਾਲ ਅੰਦਰਦੀਪ ਸਿੱਧੂ ਨੂੰ ਹੋਏ ਨੇ ਕਈ ਵਾਰ ਇਹ ਲੱਗਦਾ ਕਿ ਥੋਟ ਦੀ ਕਲੈਰਿਟੀ ਹੈ ਜਿਹੜੀ ਉਹਦੇ ਤੇ ਕੁਐਸ਼ਨ ਕੀਤਾ ਜਾਂਦਾ ਕਿ ਦੀਪ ਸਿੱਧੂ ਅੱਜ ਜਿਵੇਂ ਕੀਤਾ ਵੀ ਉਹ ਇਹ ਹੈ ਸਾਡੀ ਸੋਸ਼ਲ ਆਰਗੇਨਾਈਜੇਸ਼ਨ ਆ ਉਹਨਾਂ ਦਾ ਕਹਿਣਾ ਆ ਪਰ ਸਵਾਲ ਹੋ ਰੇ ਸੀ ਕਿ ਮਸਲੇ ਤਾਂ ਪੋਲਿਟੀਕਲ ਨੇ ਉਹ ਕਿਵੇਂ ਸੌਟ ਆਊਟ ਹੋਣਗੇ ਤਾਂ ਇਹ ਜਿਹੜਾ ਮਤਲਬ ਦੀਪ ਸਿੱਧੂ ਦਾ ਜਿਹੜਾ ਇੱਕ ਇੰਟੈਲੈਕਚੁਅਲ ਲੈਵਲ ਆ ਜਾਂ ਜਿਹੜੀ ਉਹਦੀ ਥੋਟ ਦੀ ਕਲੈਰਿਟੀ ਆ ਉਹਨੂੰ ਤੁਸੀਂ ਕਿਵੇਂ ਸਮਝ ਰਹੇ ਹੋ ਮੈਂ ਇਸ ਗੱਲ ਦੇ ਨਾਲ ਸਹਿਮਤ ਆ ਕਿ ਇਸ ਵੇਲੇ ਅਵੇਅਰਨੈਸ ਵਾਸਤੇ ਇੱਕ ਸਮਾਜਿਕ ਜਥੇਬੰਦੀ ਦੀ ਬਹੁਤ ਲੋੜ ਸੀ ਜਿਹਦੇ ਵਿੱਚ ਸਾਰੀਆਂ ਮਤਲਬ 13 ਜੜੀਆਂ ਨੇ ਉਹ ਉਹਦੇ ਵਿੱਚ ਸ਼ਾਮਲ ਹੋਣ ਯੂਥ ਖਾਸ ਤੌਰ ਤੇ ਸ਼ਾਮਲ ਹੋਵੇ ਕਿਉਂਕਿ ਅੱਜ ਜੇ ਪੰਜਾਬ ਦੇ ਵਾਰਿਸ ਨੇ ਤਾਂ ਮੈਂ ਕਹਿੰਦਾ ਕਿ ਯੂਥ ਜਿਹੜੀ ਹੈ ਉਹ ਪੰਜਾਬ ਦੇ ਜਜ਼ਬਿਆਂ ਦੀ ਜਿਹੜੀ ਹੈ ਅਸਲ ਨਮਾਇੰਦਗੀ ਕਰਦਾ ਹੈ ਤੋ ਮੈਨੂੰ ਇਸ ਤੋਂ ਬੜੀਆਂ ਉਮੀਦਾਂ ਨੇ ਹਾਲਾਂਕਿ ਕੁਝ ਗੱਲਾਂ ਜਿਹੜੀਆਂ ਅਜੇ ਸਪਸ਼ਟ ਹੋਣੀਆਂ ਰਹਿੰਦੀਆਂ ਨੇ ਕਿ ਇਸ ਜਥੇਬੰਦੀ ਦਾ ਜਿਹੜਾ ਢਾਂਚਾ ਕਿਹੋ ਜਿਹਾ ਹੋਵੇਗਾ ਤੁਸੀਂ ਵੀ ਸਵਾਲ ਖੜਾ ਕੀਤਾ ਸੀ ਉਹ ਕਿੱਦਾਂ ਦੀ ਸਟਰਕਚਰ ਹੋਏਗੀ ਵੈਸਟਰਨ ਟਾਈਪ ਹੋਏਗੀ ਜਿਹੜੀਆਂ ਇਹਨਾਂ ਨੇ ਕਿਹਾ ਕਿ ਰਵਾਇਤਾ ਮੁਤਾਬਕ ਹੋਏਗੀ ਅਜੇ ਉਹ ਸਾਡੇ ਸਾਹਮਣੇ ਗੱਲਾਂ ਜਿਹੜੀਆਂ ਕਲੀਅਰ ਨਹੀਂ ਹੋ ਰਹੀਆਂ ਲੇਕਿਨ ਜਿਸ ਤਰ੍ਹਾਂ ਰਿਸਪੌਂਸ ਵੇਖ ਰਿਹਾ ਮੈਂ ਇੱਥੇ ਜਿਸ ਤਰ੍ਹਾਂ ਲੋਕਾਂ ਦਾ ਹੰਗਾਰਾ ਵੇਖ ਰਿਹਾ ਜਿਸ ਤਰ੍ਹਾਂ ਉਹਨਾਂ ਦੇ ਮੈਂ ਫੇਸ ਸਟਡੀ ਕਰਦਾ ਉਹਨਾਂ ਦੀ ਬਾਡੀ ਲੈਂਗੁਏਜ ਸਟਡੀ ਕਰਦਾ ਤਾਂ ਮੈਂ ਮਹਿਸੂਸ ਕਰਦਾ ਕਿ ਇਹ ਦੀਪ ਸਿੱਧੂ ਤੋਂ ਇਹ ਪੰਜਾਬ ਨੂੰ ਬਹੁਤ ਵੱਡੀਆਂ ਉਮੀਦਾਂ ਸਦਾਕਾਰਮਜੀਤ ਸਿੰਘ ਜੀ ਇੱਕ ਇਹ ਵੀ ਦੇਖਿਆ ਦੀਪ ਸਿੱਧੂ ਦਾ ਕਬਾਰ ਹੁੰਦਾ ਆ ਦੀਪ ਸਿੱਧੂ ਇੱਕ ਉਹ ਵੀ ਸਮਾਂ ਆਉਂਦਾ ਵੀ ਜਦੋਂ ਦੀਪ ਸਿੱਧੂ ਇਕੱਲਾ ਰਹਿ ਜਾਂਦਾ ਆ ਸਾਰੀਆਂ ਫੋਰਸਿਸ ਭਾਵੇਂ ਮੇਨਸਟ੍ਰੀਮ ਨੈਸ਼ਨਲ ਪਾਰਟੀਆਂ ਦੀਆਂ ਹੋਣ ਜਾਂ ਕਿਸਾਨ ਸੰਘਰਸ਼ ਦੀਆਂ ਜਮਾਤਾਂ ਹੋਣ ਮਤਲਬ ਸੋਸ਼ਲ ਆਰਗੇਨਾਈਜੇਸ਼ਨਸ ਵੀ ਚਾਹੇ ਲੈਫਟ ਦੀਆਂ ਹੋਣ ਉਹ ਸਾਰੇ ਦੀਪ ਸਿੱਧੂ ਨੂੰ ਇੱਕ ਤਰ੍ਹਾਂ ਦੇ ਨਾਲ ਟਾਰਗੇਟ ਕਰਦੇ ਨੇ ਇੱਕ ਮੌਕੇ ਦੇ ਉੱਤੇ ਆ ਕੇ ਤਾਂ ਦੀਪ ਸਿੱਧੂ ਦੇ ਉੱਤੇ ਜਿਹੜਾ ਇਹ ਅਟੈਕ ਹੋ ਰਿਹਾ ਅੱਜ ਵੀ ਇਹੋ ਲੱਗ ਰਿਹਾ ਵੀ ਜਿਹੜਾ ਦੀਪ ਸਿੱਧੂ ਆ ਉਹਨੂੰ ਆਈਸੋਲੇਟ ਕਰਨ ਦੀ ਇੱਕ ਵੱਡੇ ਪੱਧਰ ਤੇ ਕੋਸ਼ਿਸ਼ ਹੋ ਰਹੀ ਆ ਤੇ ਤੁਹਾਨੂੰ ਲੱਗਦਾ ਕਿ ਦੀ ਚ ਨਿਕਲਦੀ ਸਮਰੱਥਾ ਰੱਖਦਾ ਇੱਕ ਇੱਕ ਆਲਰੇਡੀ ਇੱਕ ਨੈਰੇਟਿਵ ਜਿਹੜਾ ਇੱਕ ਬਿਰਤਾਂਤ ਜਿਹੜਾ ਸਾਡੇ ਮਨਾਂ ਦੇ ਵਿੱਚ ਵਸਾਇਆ ਹੋਇਆ ਦੀਪ ਸਿੱਧੂ ਇੱਕ ਅਜਿਹੇ ਨੈਰੇਟਿਵ ਦੀ ਗੱਲ ਕਰਦਾ ਜਿਹੜਾ ਬਹੁਤ ਘੱਟ ਲੋਕਾਂ ਨੇ ਮਤਲਬ ਜਿਹੜੇ ਸਾਡੇ ਲੀਡਰਸ਼ਿਪ ਨੇ ਸਾਡੀ ਲੀਡਰਸ਼ਿਪ ਨੇ ਉਹ ਬਿਰਤਾਂਤ ਉਹ ਨੈਰੇਟਿਵ ਪੇਸ਼ ਕੀਤਾ ਹੋਵੇ ਉਹ ਨੈਰੇਟਿਵ ਜਦੋਂ ਉਹ ਪੇਸ਼ ਕਰਦਾ ਤਾਂ ਉਸ ਨੈਰੇਟਿਵ ਨੂੰ ਮਤਲਬ ਡਿਮੋਲਿਸ਼ ਕਰਨ ਲਈ ਉਹਨੂੰ ਮਤਲਬ ਗਲਤ ਦਿਸ਼ਾ ਦੇਣ ਲਈ ਮੀਡੀਆ ਦੂਜੇ ਤੀਜੇ ਖੋ ਜਾਂਦੇ ਨੇ ਮੰਨਦਾ ਮੈਂ ਕਿ ਇੱਕ ਇਹੋ ਜਿਹਾ ਪੜਾ ਜ਼ਿੰਦਗੀ 'ਚ ਉਹਦੀ ਆਇਆ ਜਦੋਂ ਉਹ ਇਕੱਲਾ ਹੋ ਗਿਆ ਸੀ ਪਰ ਸੁਖਵਿੰਦਰ ਜੀ ਕਈ ਵਾਰੀ ਇੱਕ ਬੰਦਾ ਵੀ ਜਿਹੜਾ ਬਹੁ ਗਿਣਤੀ ਹੁੰਦਾ ਮੈਜੋਰਿਟੀ ਹੁੰਦਾ ਔਰ ਕਈ ਵਾਰੀ ਮੈਜੋਰਿਟੀ ਜਿਹੜੀ ਆ ਉਹ ਇੱਕ ਵੀ ਨਹੀਂ ਹੁੰਦਾ ਤਾਂ ਦੀਪ ਸਿੱਧੂ ਜਿਹੜਾ ਮਤਲਬ ਉਹਨੂੰ ਹੁਣ ਦੇਖੋ ਇਕੱਲਾ ਸੀ ਅੱਜ ਲੋਕਾਂ ਨੇ ਸਮਝਿਆ ਹੁਣ ਮਤਲਬ ਆਏ ਜੇ ਕਿਤੇ ਮੈਂ ਕਹਿੰਦਾ ਦੋ ਦਿਨ ਦਾ ਹੋਰ ਫਰਕ ਦਿੰਦਾ ਤੇ ਵੱਡੀ ਗਿਣਤੀ ਚ ਮਤਲਬ ਗੈਦਰਿੰਗ ਹੋ ਜਾਣੀ। ਲੱਖੇ ਸਦਾਨੇ ਤੇ ਦੀਪ ਬਾਰੇ ਵੀ ਜਿਹੜੀ ਕਸ਼ਮਕਸ਼ ਚੱਲਦੀ ਰਹੀ ਪਿਛਲੇ ਦਿਨਾਂ 'ਚ ਤੁਸੀਂ ਉਹਦੇ ਤੇ ਟਿੱਪਣੀਆਂ ਵੀ ਕੀਤੀਆਂ। ਇਹ ਦੋਵਾਂ ਨੂੰ ਤੁਸੀਂ ਕਾਫੀ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਵੀ ਗਲੋਰੀਫਾਈ ਵੀ ਕੀਤਾ ਆਪਣੀਆਂ ਲਿਖਤਾਂ ਦੇ ਵਿੱਚ। ਤਾਂ ਇਹਨਾਂ ਦੋਵੇਂ ਨੌਜਵਾਨਾਂ ਦੇ ਆਪਸੀ ਇਸ ਬਖਰੀਵੇਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਇਹ ਬੜਾ ਨਾਜ਼ੁਕ ਮਤਲਬ ਪਰੇਸ਼ਾਨ ਹੈਗਾ ਮੈਂ ਜਦੋਂ ਦੱਖੇ ਸਦਾਣੇ ਬਾਰੇ ਜਾਂ ਦੀਪ ਸਿੱਧੂ ਬਾਰੇ ਗੱਲ ਕਰਦਾ ਇਹ ਜਿਹੜੇ ਸਟਰਲ ਡਿਫਰੈਂਸਸ ਨੇ ਨਾ ਜਿਹੜੇ ਬੜੇ ਸੂਖਸ਼ਮ ਫਰਕ ਹੁੰਦੇ ਨੇ ਉਹ ਜ਼ਰੂਰ ਹੈਗੇ ਨੇ ਦੋਵੇਂ ਪੰਥ ਦੀਆਂ ਗੱਲਾਂ ਕਰਦੇ ਨੇ ਦੋਵੇਂ ਪੰਜਾਬ ਦੀਆਂ ਗੱਲਾਂ ਕਰਦੇ ਨੇ ਔਰ ਕਿਸੇ ਲੈਵਲ ਦੇ ਉੱਤੇ ਕਿਉਂਕਿ ਦੀਪ ਸਿੱਧੂ ਦਾ ਇੰਟਰਨੈਸ਼ਨਲ ਕੰਟੈਕਸਟ ਹੈ ਦੀਪ ਸਿੱਧੂ ਮਤਲਬ ਇੱਕ ਬਹੁਤ ਵੱਡਾ ਵਕੀਲ ਵੀ ਹੈਗਾ ਫਿਰ ਮਤਲਬ ਫਿਲਮਾਂ ਚ ਉਹਦੇ ਜਿਹੜੇ ਜ਼ਿੰਦਗੀ ਦੇ ਐਕਸਪੀਰੀਅੰਸ ਨੇ ਜਿਹੜੇ ਅਨੁਭਵ ਨੇ ਲਿਟਰੇਚਰ ਬੜਾ ਪੜਿਆ ਹੁੰਦਾ ਉਹ ਮਤਲਬ ਉਹਦੇ ਨਾਲੋਂ ਜ਼ਿਆਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਲਖਸ ਸੁਧਾਨਾ ਜਿਹੜਾ ਉਹ ਮੈਂ ਸਮਝਦਾ ਕਿ ਉਹ ਪੰਜਾਬ ਦੀ ਪ੍ਰਤੀਨਿਧਤਾ ਨਹੀਂ ਕਰਦਾ ਇਹ ਮੈਂ ਤਾਂ ਕਹਿੰਦਾ ਕਿ ਦੋਹਾਂ ਚ ਜਿਹੜੇ ਨੇ ਡਿਫਰੈਂਸਸ ਸਾਰਟ ਆਊਟ ਹੋਣੇ ਚਾਹੀਦੇ ਨੇ ਤੁਰਨਾ ਚਾਹੀਦਾ ਪਰ ਕੋਈ ਗੱਲ ਨਹੀਂ ਜੇ ਅਲੱਗ-ਅਲੱਗ ਵੀ ਤੁਰਦੇ ਨੇ ਤਾਂ ਕਿਸੇ ਵੇਲੇ ਮਤਲਬ ਕਾਮ ਉਹਨਾਂ ਨੂੰ ਇਕੱਠਿਆਂ ਕਰ ਦੇ ਤੁਸੀਂ ਬੜੇ ਸੰਘਰਸ਼ ਦੇਖੇ ਤੁਸੀਂ ਪੰਜਾਬ ਚ ਨਕਸਲਵਾੜੀ ਦਾ ਦੌਰ ਸੀ ਜਦੋਂ ਉਹ ਵੀ ਸਮਾਂ ਦੇਖਿਆ ਉਸ ਤੋਂ ਬਾਅਦ ਪੰਜਾਬ ਚ ਸਿੱਖ ਸੰਘਰਸ਼ ਜਿਹੜਾ ਆਪਣੇ ਸਿੱਖਾਂ ਵੱਲ ਗਿਆ ਤੁਸੀਂ ਉਹ ਵੀ ਸਮਾਂ ਬੜਾ ਨੇੜਿਓਂ ਹੰਡਾਇਆ ਤੇ ਉਸ ਤੋਂ ਬਾਅਦ ਇੱਕ ਬੜਾ ਜਿਹਨੂੰ ਕਹਿੰਦੇ ਆ ਸੈਡਨੈਸ ਦਾ ਦੌਰ ਵੀ ਪੰਜਾਬ ਨੇ ਦੇਖਿਆ ਆ ਵੀ ਜਦੋਂ ਇਹ ਲੱਗ ਰਿਹਾ ਸੀ ਕਿ ਪ੍ਰਵਾਸ ਹੋ ਰਿਹਾ ਨੌਜਵਾਨ ਨਸ਼ੇ 'ਚ ਗਲਤਾਨ ਹੋ ਰਹੇ ਆ ਪਰ ਹੁਣ ਜਿਹੜਾ ਸਮਾਂ ਚੱਲ ਰਿਹਾ ਵੀ ਤੁਹਾਡਾ ਲਿਟਰੇਚਰ ਤੇ ਬੜੀ ਤੁਹਾਡੀ ਮਹਾਰਤ ਆ ਵੀ ਤੁਸੀਂ ਇਹ ਸਮੇਂ ਨੂੰ ਮਤਲਬ ਅਖੀਰ ਦੇ ਵਿੱਚ ਇਸ ਸਮੇਂ ਨੂੰ ਜੇ ਬਿਆਨਣਾ ਹੋਵੇ ਜਾਂ ਇਹ ਸਾਰੇ ਜੋ ਦੀਪ ਸਿੱਧੂ ਹੋ ਗਿਆ ਲੱਖਾ ਸਧਾਨਾ ਹੋ ਗਿਆ ਕਿਸਾਨ ਸੰਘਰਸ਼ 'ਚ ਨੌਜਵਾਨ ਜਿਵੇਂ ਉੱਠੇ ਆ ਜਿਵੇਂ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚੜਾ ਦਿੱਤਾ ਗਿਆ ਇਹ ਸਾਰੀਆਂ ਚੀਜ਼ਾਂ ਨੂੰ ਲਿਟਰੇਰੀ ਰੂਪ 'ਚ ਤੁਸੀਂ ਕਿਵੇਂ ਬਿਆਨ ਕਰੋਗੇ ਦੇਖੋ ਮੈਂ ਇਹ ਇਹ ਜਿਹੜਾ ਦੌਰ ਹੈ ਇਹ ਹੋਪਲੈਸਨੈਸ ਦਾ ਦੌਰ ਹੈ ਯਾਨੀ ਕਿ ਜਦੋਂ ਤੁਹਾਡੇ ਕੋਲੇ ਮਤਲਬ ਉਦਾਸੀ ਹੋਵੇ ਜਦੋਂ ਪਤਾ ਤੁਹਾਨੂੰ ਕੋਈ ਰਾਹ ਨਜ਼ਰ ਨਾ ਆਉਂਦਾ ਹੋਵੇ ਉਸ ਹੋਪਲੈਸਨੈਸ ਦੇ ਵਿੱਚ ਵੀ ਮਤਲਬ ਜਿਹੜਾ ਨਾ ਮਤਲਬ ਕੁਝ ਉਮੀਦ ਦੀਆਂ ਕਿਰਨਾਂ ਮਤਲਬ ਹੈਗੀਆਂ ਨੇ ਔਰ ਅੱਜ ਦਾ ਇਹ ਗੈਦਰਿੰਗ ਜਿਹੜੀ ਹੈ ਇਹ ਇਕੱਠ ਜਿਹੜਾ ਹੈ ਉਹਦੇ ਵਿੱਚ ਮੈਨੂੰ ਇਹ ਗੱਲਾਂ ਨਜ਼ਰ ਆਉਂਦੀਆਂ ਬਹੁਤ ਧੰਨਵਾਦ ਹੈ ਸਰਦਾਰ ਕਰਮਜੀਤ ਸਿੰਘ ਔਰਾਨਾ ਬੜੇ ਹੀ ਵਧੀਆ ਤਰੀਕੇ ਦੇ ਨਾਲ ਇੱਕ ਸ਼ੋਰਟ ਅਨਲਿਸਿਸ ਜਿਹੜਾ ਅੱਜ ਇਹ ਵਾਰਸ ਪੰਜਾਬ ਦੇ ਜਥੇਬੰਦੀ ਦਾ ਐਲਾਨ ਕੀਤਾ ਗਿਆ ਆ ਦੀਪ ਸਿੱਧੂ ਨੇ ਵੀ ਇਹ ਗੱਲ ਕਹੀ ਆ ਵੀ ਇਹ ਇੱਕ ਬੇਬੀ ਸਟੈਪ ਆ ਇੱਕ ਪਹਿਲਾ ਕਦਮ ਆ ਅਜੇ ਕਦਮ ਹੋਰ ਪੁੱਟਣੇ ਬਾਕੀ ਨੇ ਸਮੱਸਿਆ ਬਹੁਤ ਵੱਡੀ ਆ ਉਹ ਜਦੋਂ ਗੱਲਾਂ ਕਰਦਾ ਦੀਪ ਸਿੱਧੂ ਤਾਂ ਉਹ ਸਿੱਧੀ ਗੱਲ ਇਹ ਕਰਦਾ ਵੀ ਸਮੱਸਿਆ ਇੱਥੋਂ ਦੇ ਕਿਸੇ ਪੋਲਿਟਿਕਲ ਪਾਰਟੀ 'ਚ ਨਹੀਂ ਪਈ ਆ ਸਮੱਸਿਆ ਇਸ ਸਟੇਟ ਦੇ ਸਟਰਕਚਰ 'ਚ ਪਈ ਆ ਤਾਂ ਜਿਹੜੀ ਸਟਰਕਚਰ ਦੀ ਸਮੱਸਿਆ ਆ ਤਾਂ ਉਹਨੂੰ ਜਿਵੇਂ ਅੱਜ ਪ੍ਰੈਸ ਕਾਨਫਰੰਸ 'ਚ ਦੀਪ ਸਿੱਧੂ ਨੇ ਕਿਹਾ ਕਿ ਉਹ ਸਟੇਟ ਦੇ ਇੰਸਟੀਚੂਟਸ ਦੇ ਪੈਰਲਲ ਇੰਸਟੀਚੂਟਸ ਜਿਹੜੇ ਆ ਉਹ ਸੋਸ਼ਲ ਇੰਸਟੀਚੂਟਸ ਖੜੇ ਕਰਨੇ ਪੈਣਗੇ ਜਿਹਦੇ ਵਿੱਚੋਂ ਹੀ ਸਾਰੀਆਂ ਸਮੱਸਿਆਵਾਂ ਦਾ ਜਿਹੜਾ ਹੱਲ ਨਿਕਲ ਸਕਦਾ ਤੇ ਸਰਦਾਰ ਕਰਮਜੀਤ ਸਿੰਘ ਉਹਨਾਂ ਦੇ ਜਿਹੜੇ ਵਿਚਾਰ ਸੀ ਅਸੀਂ ਤੁਹਾਡੇ ਨਾਲ ਸਾਂਝੇ ਕਰ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਨਿਚੋੜ ਆ ਸਾਰੀ ਪ੍ਰੈਸ ਕਾਨਫਰੰਸ ਦਾ ਉਹ ਇਹਨਾਂ ਦੀ ਗੱਲਬਾਤ ਦੇ ਵਿੱਚੋਂ ਅਸੀਂ ਸਮਝ ਸਕਦੇ ਹਾਂ ਤੇ ਸਰਦਾਰ ਕਰਮਜੀਤ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ